ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਬਰਾਂ ਵਿਖੇ ਇੱਕ ਅਜਿਹਾ ਤਰਸਯੋਗ ਮਾਮਲਾ ਸਾਹਮਣੇ ਆਇਆ ਜਿਸ ਨੂੰ ਵੇਖ ਕੇ ਤੁਹਾਡੀਆਂ ਅੱਖਾਂ ਦੇ ਵਿੱਚ ਵੀ ਹੰਝੂ ਆ ਜਾਣਗੇ। ਦੱਸ ਕਿ ਕਾਨਿਆਂ ਦੀ ਝੁੱਗੀ ਪਾ ਕੇ ਚਾਰ ਛੋਟੀਆਂ ਛੋਟੀਆਂ ਧੀਆਂ ਦੇ ਨਾਲ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਇਸ ਪਰਿਵਾਰ ਨੇ ਆਪਣੀ ਹੱਡ ਬੀਤੀ ਸੁਣਾਈ ਹੈ, ਜਿੱਥੇ ਦੱਸੇ ਕਿ ਘਰ ਦੇ ਵਿੱਚ ਨਾ ਤਾਂ ਪੀਣ ਦੇ ਲਈ ਪਾਣੀ ਹੈ ਅਤੇ ਨਾ ਹੀ ਖਾਣ ਦੇ ਲਈ ਰੋਟੀ। ਉਹਨਾਂ ਕਿਹਾ ਕਿ ਬੱਚਿਆਂ ਦੇ ਕੱਪੜੇ ਵੀ ਲੋਕਾਂ ਦੇ ਘਰਾਂ ਦੇ ਵਿੱਚੋਂ ਮੰਗ ਕੇ ਲਿਆ ਕੇ ਪਾਉਂਦੇ ਨੇ। ਇਸ ਸੰਬੰਧੀ ਘਰ ਦੇ ਵਿੱਚ ਪੀੜਤ ਔਰਤ ਨੇ ਦੱਸਿਆ ਕਿ ਉਸਦੇ ਘਰ ਦੇ ਹਾਲਾਤ ਬਹੁਤ ਹੀ ਬੁਰੇ ਨੇ, ਉਹ ਇੱਕ ਹਿਸਾਬ ਦੇ ਨਾਲ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੀ ਹੈ। ਉਹਨੇ ਦੱਸਿਆ ਕਿ ਚਾਰ ਛੋਟੀਆਂ ਛੋਟੀਆਂ ਧੀਆਂ ਨੇ ਅਤੇ ਉਹਨਾਂ ਨੂੰ ਪਾਲ ਰਹੀ ਹੈ ਕਾਨਿਆਂ ਦੀ ਝੁੱਗੀ ਦੇ ਵਿੱਚ। ਉਹਨਾਂ ਦੱਸਿਆ ਕਿ ਉਸਦਾ ਪਤੀ ਨਸ਼ੇ ਦਾ ਆਦੀ ਹੈ ਪਰ ਫਿਰ ਵੀ ਉਹ ਆਪਣੀ ਦਿਹਾੜੀ ਮਜ਼ਦੂਰੀ ਕਰਕੇ ਦੋ ਵਕਤ ਦੀ ਰੋਟੀ ਲਿਆਉਂਦਾ ਸੀ, ਪਰ ਇੱਕ ਦਿਨ ਉਸਦੇ ਅਜਿਹੀ ਸੱਟ ਲੱਗੀ ਕਿ ਉਹ ਹੁਣ ਭਾਰੀ ਚੀਜ਼ ਨਹੀਂ ਚੁੱਕ ਸਕਦਾ ਅਤੇ ਨਾ ਹੀ ਦਿਹਾੜੀ 'ਤੇ ਜਾ ਸਕਦਾ। ਸੋ ਘਰ ਦੇ ਅਜਿਹੇ ਹਾਲਾਤ ਹੋ ਚੁੱਕੇ ਨੇ ਕਿ ਉਹਨਾਂ ਨੂੰ ਰੋਟੀ ਵੀ ਨਹੀਂ ਨਸੀਬ ਹੋ ਰਹੀ ਹੈ। ਸੋ ਹੁਣ ਉਹਨਾਂ ਨੇ ਸਮਾਜ ਸੇਵੀ ਸੰਸਥਾਵਾਂ ਦੇ ਅੱਗੇ ਮਦਦ ਦੀ ਗੁਹਾਰ ਲਗਾਈ ਹੈ। ਕੀ ਨਾਮ ਵੀਰ ਤੇਰਾ? ਮੇਰਾ ਨਾਮ ਸਰਦਾਰ ਜੀ ਅੰਮ੍ਰਿਤਪਾਲ ਸਿੰਘ। ਖੇੜਾ ਪਿੰਡ ਜੀ? ਪਿੰਡ ਸਭਰਾ ਜੀ। ਅਤੇ ਕੀ ਗੱਲ ਆ ਝੁੱਗੀ 'ਚ ਰਹਿਣ ਦਾ ਜੇ, ਕੀ ਗੱਲ ਕੀ ਆ? ਭਾਅ ਜੀ ਆਪਾਂ ਸ਼ੁਰੂ ਲਾ ਦਿਓ, ਆਪਾਂ ਪਹਿਲਾਂ ਹਰੀ ਕੇ ਰਹਿੰਦੇ ਹਾਂ ਅਤੇ ਉੱਥੋਂ ਆਪਣੇ ਘਰ ਜਾਣੇ ਮੰਮੀ ਡੈਡੀ ਉਹਨਾਂ ਨੇ ਰਲ ਕੇ ਥਾਂ ਆਪਣੇ ਤੋਂ ਸਾਰਾ ਖੋਲਿਆ ਅਤੇ ਆਪਾਂ ਇੱਥੇ ਮੈਂ ਦਾਦੇ ਦੀ ਜਗ੍ਹਾ 'ਚ ਰਹਿੰਦੇ ਹਾਂ, ਦਾਦੇ ਦਾਦੀ ਦੀ 'ਚ। ਅੱਛਾ, ਅਤੇ ਇਹ ਕਦੋਂ ਦਾ ਇੱਥੇ ਰਹਿੰਦੇ ਆ? ਇਤਰਾ ਇੱਥੇ ਆਪਾਂ ਨੂੰ ਭਾਅ ਜੀ ਹੋ ਗਏ 15-16 ਸਾਲ ਹੋ ਗਏ ਜੀ। ਇਤਰਾ ਝੁੱਗੀ ਬਣਾ ਗਈ? ਨਹੀਂ, ਪਹਿਲਾਂ ਤਾਂ ਆਪਾਂ ਰਹਿੰਦੇ ਕੱਚਾ ਕਮਰਾ ਸੀ ਆਪਣੇ ਕੋਲ, ਕੱਚਾ ਕਮਰਾ ਡੇ ਪਿਆ ਹੋ ਗਿਆ ਮੀਆਂ ਦੇ ਨਾਲ ਭਾਜੀ ਡੇ ਪਿਆ ਜੀ। ਤੇ ਕੋਈ ਸਰਪੰਚ ਮੈਂਬਰ ਨੂੰ ਨਹੀਂ ਆਖਿਆ ਗਿਆ ਕੋਈ ਬਣਾ ਕੇ ਦਿਓ ਸਾਨੂੰ? ਆਖਿਆ ਭਾਜੀ, ਭਾਜੀ ਆਪਣਾ ਕੋਈ ਨਹੀਂ ਮਸਲਾ ਹੱਲ ਹੋਇਆ ਸਰਦਾਰ ਜੀ। ਸਰਪੰਚ ਕੀ ਆਉਂਦੇ? ਸਰਪੰਚ ਮੈਂਬਰ ਕੋਲ ਗਏ, ਆਉਂਦੇ ਵੀ ਜੇ ਆਊਗਾ ਤੇ ਪਾ ਦਾਂਗੇ, ਨਹੀਂ ਤੇ ਭਾਜੀ ਅਸੀਂ ਆਪਦੇ ਕੋਲੋਂ ਤੇ ਆਂਦੇ ਪਾ ਨਹੀਂ ਸਕਦੇ। ਤੇ ਕਿੰਨੇ ਬੱਚੇ? ਕਿੰਨੇ ਗੁੱਡੀਆਂ ਸਰਦਾਰ ਜੀ? ਚਾਰ। ਤੇ ਕਿਹੜੀਆਂ ਕਿਹੜੀਆਂ ਨੇ? ਇੱਕ ਹੈਗੀ ਆ ਵੱਡੀ 10 ਸਾਲ ਦੀ ਆ, ਛੋਟੀ 8 ਸਾਲ ਦੀ ਆ, ਇੱਕ 2 ਸਾਲ ਦੀ ਆ, ਇੱਕ ਹਜੇ 1.25 ਮਹੀਨੇ ਦੀ ਆ। ਤੇ ਕੰਮ ਕੀ ਕਰਦਾ ਭਾਈ? ਦਿਹਾੜੀ ਦਾ ਭਾਈ। ਤੇ ਪਾਣੀ? ਪਾਣੀ ਵੀ ਪਾਈ ਆਪਾਂ ਲੋਕਾਂ ਦੇ ਘਰਾਂ ਤੋਂ ਲੈ ਕੇ ਆਉਣੇ ਜੀ, ਆਪਣੇ ਆਪਦੇ ਨਹੀਂ ਹੈਗਾ ਜੀ। ਤੇ ਗੁਸਲ ਕਰਨ ਬਾਥਰੂਮ ਕੁਛ ਨਹੀਂ ਹੈ? ਨਾ ਜੀ, ਕੁਛ ਨਹੀਂ ਹੈਗਾ ਜੀ। ਹੁਣ ਕੀ ਮੰਗ ਕੀ ਕਰਦਾ ਸਰਕਾਰ ਤੋਂ? ਆਪਾਂ ਜੀ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਵੀ ਭਾਜੀ ਆਪਾਂ ਨੂੰ ਹੋਰ ਜ਼ਿਆਦਾ ਕੁਛ ਨਹੀਂ, ਚਲੋ ਇਹਨਾਂ ਧੀਆਂ ਦਾ ਚੌਂ ਦਾ ਸਿਰ ਲਕਾਵਾ ਕਰਨ ਨੂੰ ਇੱਕ ਆਪਾਂ ਨੂੰ ਕਮਰਾ ਬਣਾ ਦੇਣ, ਜੋ ਵੀ ਇਹਨਾਂ ਦਾ ਸਰਦਾ ਬਣਦਾ ਆਪਾਂ ਨੂੰ ਕਮਰੇ 'ਤੇ ਹੀ ਆਪਾਂ ਨੂੰ ਅਪੀਲ ਕਰਦੇ, ਹੋਰ ਜ਼ਿਆਦਾ ਨਹੀਂ ਕੋਈ ਅਪੀਲ ਕਰਦੇ ਆਪਾਂ, ਚਲੋ ਇੱਕ ਪਾਣੀ ਦੀ ਅਤੇ ਕਮਰੇ ਦੀ ਸਰ। ਮੋਬਾਈਲ ਨੰਬਰ ਕਿੰਨਾ ਹੈ? 9991-7668। ਕੀ ਨਾਮ ਹੈ ਤੁਹਾਡਾ? ਸੰਦੀਪ ਭਾਅ ਜੀ। ਅਤੇ ਕੀ ਗੱਲ, ਕੀ ਹਾਲਾਤ ਨੇ ਘਰ ਦੇ ਜੀ? ਭਾਅ ਜੀ ਇੱਦਾਂ ਕਰਕੇ ਨਾ ਤੰਗੀ ਬਹੁਤ ਸੀ, ਕਮਰਾ ਸਾਈਂ ਕੱਚਾ ਪਾਇਆ ਹੋਇਆ ਸੀ ਅਤੇ ਮੀਂਹ ਕਣੀ ਬਹੁਤ ਜ਼ਿਆਦਾ ਆਇਆ ਸੀ, ਤੁਹਾਡਾ ਕਮਰਾ ਡਿੱਗ ਗਿਆ ਸੀ ਅਤੇ ਫਿਰ ਅਸੀਂ ਕਮਰਾ ਡਿੱਗਣ ਦੇ ਕਰਕੇ ਫਿਰ ਆਪਦਾ ਚਣ ਚੁਣਾ ਇੱਦਾਂ ਵੀ ਵਾਂ 70 ਪੈਸਾ ਕੁ ਕੇ ਤੋਂ ਮੰਗ ਕੇ ਪਾਇਆ ਅਤੇ ਇੱਦਾਂ ਕਰਕੇ ਦਿਹਾੜੀ ਦੱਪਾ ਕਿਤੇ ਜਾਂਦਾ ਕਿਤੇ ਨਹੀਂ ਜਾਂਦਾ, ਕਿਤੇ ਕਿਤੇ ਉਹਨੂੰ ਗੋਲੀ ਗੋਲੀ ਨਸ਼ਾ ਨੁਸ਼ਾ ਥੋੜ੍ਹਾ ਬਹੁਤਾ ਕਰਦਾ, ਮਿਲਦਾ ਨਹੀਂ ਉੜਦਾ ਨਹੀਂ ਹੈ ਅਤੇ ਆਪਦਾ ਮੈਂ ਬੋੜੀ ਔਖੀ ਹੋ ਗਈ, ਟਾਈਮ ਸਾਰਦੀ ਉੱਦਾਂ। ਕਿੰਨੇ ਬੱਚੇ? ਕਿੰਨੇ? 4 ਗੁੱਡੀਆਂ ਮੇਰੀਆਂ ਨਿੱਕੇ ਨਿੱਕੇ। ਹਾਂਜੀ, ਤੁਹਾਡੇ ਹਾਲਾਤ ਮਾੜੇ ਆ ਕਿ ਯਾਰ ਚਾਹ ਪਾਉਣ ਤੋਂ ਬੜੇ ਤੰਗ ਬੈਠੀ ਦਾ, ਅਸੀਂ ਚਾਹ ਪਾਣੀ ਬਹੁਤ ਤੰਗੀ ਅਤੇ ਇੱਦਾਂ ਹੀ ਆ ਦਿਨ ਕੱਟਦੇ ਪਏ ਆਪਦੇ ਅਤੇ ਨਾ ਕੋਈ ਬੱਤੀ ਨਾ ਲੈਣਾ ਨਾ ਦੇਣਾ ਪਾਣੀ ਕੁਝ ਨਹੀਂ ਸਾਡਾ ਹੈਗਾ। ਤੇ ਰੋਟੀ ਪਾਣੀ ਦਾ ਕਿਸ ਤਰ੍ਹਾਂ ਚੱਲਦਾ? ਰੋਟੀ ਗੁਰਦੁਆਰਿਓਂ ਲਿਆਈ ਦੀ ਆ। ਗੁਰਦੁਆਰੇ ਲਿਆਉਂਦੇ? ਹਾਂਜੀ, ਘਰੇ ਨਹੀਂ ਕਦੇ ਬਣਾਈ। ਤੇ ਹੁਣ ਕੋਈ ਤੁਸੀਂ ਸਰਪੰਚ ਨੂੰ ਜਾ ਕੇ ਸਰਕਾਰ ਦੇ ਮਹਿਕਮੇ ਨੂੰ ਬੰਦੇ ਨੂੰ ਨਹੀਂ ਆ ਕੇ ਸਾਨੂੰ ਕੋਟਾ ਕੂਟਾ ਪਾ ਦਿਓ? ਹਾਂਜੀ ਕਿਹਾ ਸੀ, ਕਹਿ ਦਿੰਦੇ ਕੋਟਾ ਜੇ ਆਉਣਗੇ ਤੇ ਮਿਲਣਗੇ, ਇਹ ਆਪਦੇ ਕੋਲੋਂ ਨਹੀਂ ਕਰ ਸਕਦੇ।
ਜਿਹਨੇ ਸਰਪੰਚ ਨੂੰ ਮੱਤ ਮੰਗੀ ਦੀ ਅਗਲੇ ਕਹਿੰਦੇ ਤੁਸੀਂ ਆਪੇ ਕਰ ਲਓ, ਉਹਦੇ ਤੁਹਾਡੇ ਤੋਂ ਨਹੀਂ ਹੁੰਦੇ, ਏਦਾਂ ਬੋਲਦੇ। ਤੇ ਪਾਣੀ ਪੂਣੀ ਦਾ ਕਿਤਨਾ ਸਰਦਾ? ਇਹ ਵੀ ਏਦਾਂ ਹੀ ਕਿਹਦੇ ਘਰੋਂ ਭਰ ਕੇ ਲਿਆਉਂਦੇ, ਕੁਛ ਵੀ ਨਹੀਂ ਹੈਗਾ। ਤੇ ਇਹ ਕਦੋਂ ਦੇ ਇਸ ਤਰ੍ਹਾਂ ਹਾਲਾਤ ਆ ਜੇ ਇਹਨਾਂ ਦੇ ਰਹਿਣ ਦੇ? ਵਾਹਵਾ ਟਾਈਮ ਹੋ ਗਿਆ ਸਾਨੂੰ, ਤੋਂ 3 ਮਹੀਨੇ ਹੋ ਚੱਲੇ ਉੱਧਰ ਤਰਪਾਲ 'ਚ। ਤੇ ਪਹਿਲਾਂ ਤਾਂ ਉੱਥੇ ਹੈਗਾ ਸੀ ਸਾਰਾ ਕੁਝ, ਤੋਂ ਇੱਦਾਂ ਇਹਦੀ ਭੈਣ ਹੀ ਉਹਨਾਂ ਸਾਰਾ ਕੁਝ ਖੋਲਿਆ, ਮੰਮੀ ਡੈਡੀ ਹੋਣੇ ਕੋਲ ਉਹਨੂੰ ਪੂਰੇ ਹੋ ਗਿਆ ਸਾਰਾ ਕੁਝ, ਉਹਨਾਂ ਖੋਲਿਆ ਉਹਦੇ ਤੋਂ। ਕੀ ਮੰਗ ਕਰਦੇ ਲੋਕਾਂ ਤੋਂ? ਅਸੀਂ ਉਹ ਕਹਿੰਦੇ ਹਾਂ ਸਾਡੇ ਬੱਚਿਆਂ ਲਈ, ਚਲ ਪਾਣੀ ਤੰਗੀ, ਪਾਣੀ ਲੱਗ ਜੇ, ਕਮਰਾ ਪੈ ਜੇ, ਬਸ ਇਹ ਕੁਝ। ਮੋਬਾਈਲ ਨੰਬਰ ਕਿੰਨਾ ਜੇ? 9591736 68। ਕੀ ਨਾਂ ਭਾਈ ਤੁਹਾਡਾ? ਮੋਹਨ ਸਿੰਘ, ਮੈਂਬਰ ਪੰਚਾਇਤ। ਇਹ ਜਿਹੜੇ ਵੀਰ ਗੁਆਂਢ 'ਚ ਰਹਿੰਦੇ ਨੇ ਤੁਹਾਡੇ, ਤਾਂ ਕੀ ਹਾਲਾਤ ਨੇ ਇਹਨਾਂ ਦੇ ਘਰ ਦੇ? ਹਾਲਾਤ ਮੰਦੇ ਹੀ ਆ ਜੀ, ਬਹੁਤ ਜ਼ਿਆਦਾ। ਕੀ ਗੱਲ ਕੀ ਹੈ? ਗੱਲ ਆ ਵੀ ਬੱਚੇ ਜ਼ਿਆਦਾ ਆ, ਕੰਮ ਕਾਰ ਮਿਲਦਾ ਨੀਗਾ, ਅਤੇ ਤਰਪਾਲ ਵੀ ਪਤਾ ਨਹੀਂ ਕਿਤਨਾ ਲਿਖੇ ਪਾਈ ਦੀ ਕਿਤਨਾ ਨਹੀਂ। ਅਤੇ ਰੋਟੀ ਪਾਣੀ ਦਾ ਇਹਨਾਂ ਦਾ ਕਿਤਨਾ ਗੁਜ਼ਾਰਾ? ਰੋਟੀ ਜਦ ਕਦੀ ਗੁਰਦੁਆਰਾ ਲੈ ਜਾਈਦੀ, ਕਦੀ ਆਪਦੀ ਬਣ ਗਈ ਤਾਂ ਠੀਕ ਆ, ਨਹੀਂ ਤਾਂ ਬਹੁਤਾ ਗੁਰਦੁਆਰਿਓਂ ਲਿਆਉਂਦੀ। ਤੇ ਘਰ ਦੇ ਕੋਈ ਅਕਸਰ ਮੈਂਬਰ ਜੇ ਤੁਸੀਂ ਜਾ ਕੇ ਸਰਪੰਚ ਨੂੰ ਨਹੀਂ ਆਖਿਆ ਕਿ ਬਣਾ ਬਣੂ ਦੇ? ਸਰਪੰਚ ਮੈਂ ਤੁਹਾਨੂੰ ਅੱਗੇ ਹੀ ਦੱਸਿਆ ਵੀ ਸਰਪੰਚਾਂ ਦਾ ਤਾਂ ਆਪਦਾ ਨਹੀਂ ਸਦਾ, ਸਾਨੂੰ ਇਹਨਾਂ ਕੀ ਦੇਣਾ। ਅੱਛਾ, ਇਹ ਕਦੋਂ ਦੇ ਇਸ ਤਰ੍ਹਾਂ ਹਾਲਾਤਾਂ 'ਚ ਰਹਿੰਦੇ? ਹਾਂ, ਇਹਨਾਂ ਨੂੰ ਹੋ ਚੱਲੇ 15 ਸਾਲ। ਹੁਣ ਕੀ ਮੰਗ ਕੀ ਕਰਦੇ ਤੁਸੀਂ ਲੋਕਾਂ ਤੋਂ? ਮੰਗ ਅਸੀਂ ਤਾਂ ਇਹ ਆਹਨੇ ਵੀ ਸਾਰੇ ਇੱਕ ਗਰੀਬ ਦਾ ਜਿਹੜਾ ਨਹੀਂ ਹੈਗਾ ਉਹਨੂੰ ਬਣਨਾ ਚਾਹੀਦਾ, ਭਾਵੇਂ ਕਿਸੇ ਵਜ੍ਹਾ ਨਾਲ ਬਣ। ਕਿਆ ਵੀਰ ਜੀ ਆਪਣਾ? ਮੈਂ ਜੀ ਜਸਪਾਲ ਸਿੰਘ, ਪਿੰਡ ਸਭਰਾ। ਕਿਹੜੀ ਪਾਰਟੀ ਨੇ? ਮੈਂ ਵਰਕਰ, ਆਮ ਆਦਮੀ ਪਾਰਟੀ। ਅਤੇ ਕਿ ਤੁਹਾਡੇ ਆ ਗੁਆਂਢ 'ਚ ਵੀਰ ਰਹਿੰਦੇ ਆ ਜਿਹਦੀਆਂ 4 ਛੋਟੀਆਂ ਗੁੱਡੀਆਂ, ਦੇ ਕੀ ਹਾਲਾਤ ਕੀ ਨੇ ਇਹਨਾਂ ਦੇ ਘਰ ਦੇ? ਹਾਲਾਤ ਵੇਖੋ, ਜਿਹੜੀਆਂ ਪੁਰਾਣੀਆਂ ਸਰਕਾਰਾਂ ਸੀਗੀਆਂ ਐਵੇਂ ਵਿਕਾਸ ਦੇ ਮਤਲਬ ਪਖੰਡ ਕਰਕੇ, ਅਤੇ ਜਿਹੜੇ ਗਰੀਬ ਲੋਕਾਂ ਨੂੰ ਲੋੜ ਸੀਗੀ ਉਹਨਾਂ ਤੱਕ ਜਿਹੜੀ ਸਹੂਲਤ ਪਹੁੰਚਦੀ ਨਹੀਂ ਰਹੀ, ਅਤੇ ਆਪਣੇ ਹੀ ਜਿਹੜੇ ਚਹੇਤੇ ਸੀਗੇ ਉਹਨਾਂ ਨੂੰ ਭਾਵੇਂ ਰੱਜੇ ਪੁੱਜੇ ਵੀ ਹੋਣ ਉਹਨਾਂ ਨੂੰ ਕਮਰੇ ਪਾ ਕੇ ਦੇਈ ਗਏ ਆ, ਅਤੇ ਹੁਣ ਜਿਹੜਾ ਵਾ ਇਹਨਾਂ ਬਾਰੇ ਸੋਚਦੇ ਹਾਂ ਕੁਛ। ਅੱਜ ਹੀ ਮੈਂ ਦੇਖਿਆ ਇੱਥੋਂ ਆਪਣਾ ਬੁਲਾਇਆ ਸੀਗਾ ਨਾ ਵੀਰ ਹੋਣਾ, ਇਹਨਾਂ ਦੇ ਘਰ ਆਇਆ ਮੈਂ ਅੱਜ। ਕਿਸ ਤਰ੍ਹਾਂ ਦੇ ਹਾਲਾਤ ਲੱਗੇ ਘਰ? ਹਾਲਾਤ ਮਾੜੇ ਆ ਜੀ, ਬਹੁਤ ਮਾੜੇ ਆ। ਨਾ ਕੋਈ ਚੁੱਲ੍ਹਾ ਚੌਂਕਾ ਵੀ ਤੁਸੀਂ ਆਪ ਜੀ ਨੇ ਵੇਖ ਲਿਆ ਵਾ, ਅਤੇ ਬਾਕੀ 4 ਕੁੜੀਆਂ ਵਾ ਇਹਦੀਆਂ ਵੀਰ ਦੀਆਂ, ਅਤੇ ਕਮਾਈ ਦਾ ਕੋਈ ਸਾਧਨ ਨਹੀਂ ਗਾ, ਦਿਹਾੜੀ ਦਾ ਆਪਾਂ ਜਾਂਦਾ ਵਾ ਤਾਂ ਗੁਜ਼ਾਰਾ ਬਹੁਤ ਔਖਾ। ਕੀ ਮੰਗ ਕਰਦੇ ਤੁਸੀਂ? ਮੰਗ, ਅਸੀਂ ਪੰਚਾਇਤ ਨਵੀਂ ਬਣਦੀ ਆ ਅਤੇ ਮੰਗ ਕਰਾਂਗੇ ਪੰਚਾਇਤ ਅੱਗੇ, ਜਿਹੜਾ ਵੀ ਕੋਈ ਨਵਾਂ ਸਾਡਾ ਸਰਪੰਚ ਚੁਣਿਆ ਜਾਊਗਾ ਉਹਨੂੰ ਬੇਨਤੀ ਕਰਾਂਗੇ ਵੀ ਇਹਨਾਂ ਨੂੰ ਕਮਰਾ ਪਵਾ ਕੇ ਦੇਣ। ਉਸ ਤੋਂ ਪਹਿਲਾਂ ਜੇ ਕੋਈ NRI ਵੀਰ ਦੂਜਾ ਤੀਜਾ ਸਪੋਰਟ ਕਰਨੀ ਚਾਹੁੰਦੇ ਹੋਣ ਤਾਂ ਇਹਨਾਂ ਦਾ ਜਿਹੜਾ ਫੋਨ ਨੰਬਰ ਆ ਉਹ ਇਹਨਾਂ ਨੇ ਦੇ ਹੀ ਦਿੱਤਾ ਵਾ, ਅਤੇ ਉਹਦੇ 'ਤੇ ਜਿਹੜਾ ਸਿੱਧਾ ਉਹ ਪੈਸਾ ਜਿਹੜਾ ਭੇਜਿਆ ਜਾਵੇ।